ਸੋ ਲਗਾਤਾਰ ਪੈਰੀ ਸੰਗਣੀ ਧੁੰਦ ਤੇ ਧੁੱਪ ਨਾ ਨਿਕਲਣ ਦੇ ਕਾਰਨ ਕਿਸਾਨ ਪਰੇਸ਼ਾਨ ਹੋ ਚੁੱਕੇ ਨੇ ਕਿਉਂਕਿ ਕਣਕ ਤੇ ਹਰੇ ਮਟਰ ਦੀ ਫਸਲ ਖਰਾਬ ਹੋ ਰਹੀ ਹੈ ਕਿਸਾਨਾਂ ਨੇ ਖੇਤੀਬਾੜੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਫਸਲ ਨੂੰ ਬਚਾਉਣ ਦੇ ਲਈ ਕਿਸਾਨਾਂ ਦਾ ਸਹਿਯੋਗ ਕੀਤਾ ਜਾਵੇ ਸੋ ਇਲਾਵਾ ਕਿਸਾਨਾਂ ਨੇ ਕੇਂਦਰ ਤੋਂ ਯੂਰੀਆ ਖਾਦ ਦੀ ਕਮੀ ਨੂੰ ਵੀ ਦੂਰ ਕਰਨ ਦੀ ਅਪੀਲ ਕੀਤੀ ਹੈ ਲੋੜੀ ਤੋਂ ਬਾਅਦ ਜਿਹੜੀ ਧੁੱਪ ਪੈਣੀ ਹੁੰਦੀ ਹੈ ਫਸਲਾਂ ਕਣਕ ਕਹਿ ਲਈਏ ਜਾਂ ਹੋਰ ਫਸਲਾਂ ਨਹੀਂਆਂ ਉਹਦਾ ਬਰਦਨ ਫੁੱਲਣ ਦਾ ਟਾਈਮ ਹੁੰਦਾ ਹੈਗਾ ਪਰ ਇਸ ਵਾਰ ਤਾਂ ਜਿਵੇਂ ਮੰਨ ਲਓ ਕਹਿ ਲਈਏ ਇਨਸਾਨ ਵੀ ਨਹੀਂ ਬਾਹਰ ਜਾ ਕੇ ਰਾਜੀ ਫਸਲਾਂ ਤਾਂ ਬਹੁਤ ਵੱਡੀ ਮੰਨ ਲਓ ਸਮੱਸਿਆ ਬਣੀ ਖੜੀ ਹੈ ਸੂਰਜ ਨੇ ਕਦੇ ਵੀ ਨਹੀਂ ਦਿਖਾਈ ਦਿੱਤੀ 15 20 ਦਿਨ ਹੋ ਗਏ ਤੇ ਕਣਕਾਂ ਨੇ ਜਿਹੜੀਆਂ ਮੰਨ ਲਓ ਥੱਲੋ ਧਰਤੀ ਗਿੱਲੀ ਹੋਣ ਕਾਰਨ ਉਹ ਸਿਲ ਜਿਆਦੇ ਹੋ ਗਈ ਸਿਲ ਦੇ ਕਾਰਨ ਜਿਹੜੀਆਂ ਜੜਾਂ ਨੇ ਉਹ ਗੜਲੀਆਂ ਸ਼ੁਰੂ ਹੋ ਗਈਆਂ ਵਿੱਚ 10 15 ਦਿਨ ਪਹਿਲਾਂ ਜਿਹੜੀ ਲਗਾਤਾਰ 4-5 ਦਿਨ ਬਾਰਿਸ਼ ਹੁੰਦੀ ਰਹੀ ਉਸ ਤੋਂ ਬਾਅਦ ਵੱਡਾ ਮੀਂਹ ਵੀ ਪਿਆ ਉਹਦੇ ਕਾਰਨ ਉਦੋਂ ਬਾਅਦ ਇੱਕ ਸੂਰਜ ਧੁੱਪ ਨਹੀਂ ਨਿਕਲ ਰਹੀ ਤੇ ਧੁੱਪ ਨਾ ਨਿਕਲ ਕਾਰਨ ਜਿਹੜੇ ਬਾਹਣੇ ਗਿੱਲੇ ਪਏ ਨੇ ਤੇ ਇੱਕ ਸਾਨੂੰ ਜੂਰੀਆ ਦੀ ਸਪਲਾਈ ਨਹੀਂ ਹੋ ਰਹੀ ਤੇ ਉਹ ਗਿੱਲੇ ਬਾਹਣੇ ਦੇ ਕਾਰਨ ਵਿੱਚ ਜਿਹੜੇ ਡਾਕਰ ਵਾਹਣ ਸੀ ਪਾਣੀ ਖੜੇਗਾ ਉਹ ਪਾਣੀ ਖੜਨ ਦੇ ਨਾਲ ਜਿਹੜੀ ਕਣਕ ਦੀ ਫਸਲ ਆ ਉਹਨੂੰ ਬਹੁਤ ਨੁਕਸਾਨ ਹੈ